ਥੋੜ੍ਹਾ ਜਿਹਾ 2 ਮਿੰਟ ਆਪਾਂ ਆਸਟ੍ਰੇਲੀਆ ਦੇ ਤੁਹਾਡੇ ਨਾਲ ਗੱਲ ਕਰਾਂਗੇ, ਕਿਹੜਾ ਕਿਹੜਾ ਸਿਨੈਰੀਓ ਹੈਗਾ ਇਸ ਟਾਈਮ ਔਰ ਕੀ ਬਹੁਤ ਮੁਸ਼ਕਿਲ ਹੋਇਆ ਪਿਆ ਇਸ ਟਾਈਮ ਆਸਟ੍ਰੇਲੀਆ ਦਾ ਵੀਜ਼ਾ ਲੈਣਾ? ਬੇਸਿਕਲੀ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਇਸ ਟਾਈਮ 'ਤੇ ਜਿਹੜਾ ਪਿੱਕ ਕਰ ਰਿਹਾ, ਜੈਨੂਇਨ ਸਟੂਡੈਂਟ ਪਿੱਕ ਕਰ ਰਿਹਾ। ਜੇ ਆਪਾਂ ਜੈਨੂਇਨ ਸਟੂਡੈਂਟ ਦੀ ਟਰਮ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਰੀਸੈਂਟ ਪਾਸ ਆਊਟ ਸਟੂਡੈਂਟ ਚਾਹੀਦਾ ਹੈ, ਬੈਕਗਰਾਊਂਡ ਬਹੁਤ ਸਟਰੋਂਗ ਚਾਹੀਦਾ ਹੈ, ਐਲੀਜੀਬਿਲਟੀ ਕੋਰਸ ਦੇ ਅਕੋਰਡਿੰਗ ਉਹਨਾਂ ਦੇ ਯੂਨੀਵਰਸਿਟੀ ਦੇ ਅਕੋਰਡਿੰਗ ਚਾਹੀਦੀ ਹੈ। ਸੋ ਇੱਥੇ ਆਪਾਂ ਕੀ ਕਰਦੇ ਹਾਂ, ਜੇ ਆਪਾਂ ਆਪਣੇ ਸਟੂਡੈਂਟ ਦੀ ਗੱਲ ਕਰਦੇ ਹਾਂ, ਇੱਕ ਸਟੂਡੈਂਟ ਸਾਡੇ ਕੋਲ ਆਉਂਦਾ ਜੀ ਅਸੀਂ 21 ਪਾਸ ਆਊਟ ਹੈ, 22 ਪਾਸ ਆਊਟ ਹੈ, ਸੋ ਉਹ ਉਸ ਚੀਜ਼ ਨੂੰ ਜਸਟੀਫਾਈ ਵੀ ਨਹੀਂ ਕਰ ਪਾਉਂਦਾ ਕਿ ਆਪਣਾ ਜਿਹੜਾ ਗੈਪ ਹੈ ਉਹ ਕਿਵੇਂ ਪਿਆ, ਅਤੇ ਨਾਲੇ ਬੱਚੇ ਕੋਲ ਕੋਈ ਫੰਡ ਮੈਨੇਜਮੈਂਟ ਨਹੀਂ ਹੈਗੇ, ਜੇ ਉਹ ਫੰਡ ਸ਼ੋ ਕਰ ਰਿਹਾ ਹੈ ਤਾਂ ਉਹਦੇ ਕੋਲ ਉਹਦਾ ਸੋਰਸ ਨਹੀਂ ਹੈਗਾ। ਸੋ ਆਸਟ੍ਰੇਲੀਆ ਦੇ ਜੇ ਆਪਾਂ ਔਖੇ ਦੀ ਗੱਲ ਕਰਦੇ ਹਾਂ, ਉਹਦਾ ਰੀਜ਼ਨ ਸਿਰਫ ਇੱਕੋ ਆ ਕਿ ਆਪਾਂ ਔਫਰ ਲੈਟਰ ਤਾਂ ਸਿਕਿਓਰ ਕਰ ਰਹੇ ਹਾਂ, ਬਟ ਆਪਣੀ ਜਿਹੜੀ GST ਹੈ, ਜਿਹੜੀ GT2 GST ਆਈ ਹੈ, ਉਸ ਚੀਜ਼ ਨੂੰ ਜਸਟੀਫਾਈ ਨਹੀਂ ਕਰ ਪਾ ਰਹੇ ਹਾਂ। ਅਤੇ ਜਿਨ੍ਹਾਂ ਬੱਚੇ ਦੀ ਫਾਈਲ ਐਮਬੈਸੀ ਦੇ ਵਿੱਚ ਹੈ, ਐਮਬੈਸੀ ਇਸ ਟਾਈਮ 'ਤੇ ਜਿਹੜੇ ਰਿਜ਼ਲਟਸ ਹੈਗੇ ਉਹ ਡਿਲੇ ਕਰ ਰਹੀ ਹੈ, ਬਟ ਪੇਸ਼ੈਂਸ ਸਾਨੂੰ ਰੱਖਣੇ ਪੈਣੇ। ਆਸਟ੍ਰੇਲੀਆ ਦਾ ਜਿਹੜਾ ਪ੍ਰੋਸੈਸ ਹੈ ਬਹੁਤ ਲੈਂਦੀ ਹੁੰਦਾ ਹੈ, ਬੱਚੇ ਕੋਲ ਇੰਨੇ ਪੇਸ਼ੈਂਸ ਹੀ ਨਹੀਂ ਹੈ। ਜੇ ਆਪਾਂ GTE ਦੀ ਗੱਲ ਕਰਦੇ ਹਾਂ ਤਾਂ ਮੈਂ ਆਪਣੇ ਐਕਸਪੀਰੀਅੰਸ 'ਤੇ ਇੱਕ ਬੱਚਾ ਇੱਦਾਂ ਦਾ ਦੇਖਾ ਜਿਹਦੀ GTE ਆਪਾਂ ਗੱਲ ਕਰੀਏ ਤਾਂ 1 ਸਾਲ ਦੇ ਵਿੱਚ ਹੋਈ ਸੀਗੀ। ਸੋ ਮੈਨੂੰ ਨਹੀਂ ਲੱਗਦਾ ਇੰਨੇ ਪੇਸ਼ੈਂਟਸ ਕਿਸੇ ਕੋਲ ਹੁੰਦੇ ਹੈ। ਇੰਨੇ ਟਾਈਮ 'ਚ ਤਾਂ ਬੱਚਾ ਇੱਕ ਏਜੰਟ ਨੂੰ ਫਾਈਲ ਦੇ ਕੇ ਦੂਜੇ ਕੋਲ ਚਲਾ ਜਾਂਦਾ ਹੈ, ਆਪਣਾ ਇੱਦਾਂ ਹੀ ਪ੍ਰੋਫਾਈਲ ਜਿਹੜੀ ਖਰਾਬ ਕਰਦਾ ਰਹਿੰਦਾ, ਸਿਰਫ ਔਫਰ ਲੈਟਰ ਲੈਂਦਾ ਰਹਿੰਦਾ ਅਤੇ ਅੱਗੇ ਦਾ ਪ੍ਰੋਸੈਸ ਨਹੀਂ ਕਰ ਪਾਉਂਦਾ। ਸੋ ਮੇਰੀ ਸੁਜੈਸ਼ਨ ਇਹ ਹੈ, ਆਸਟ੍ਰੇਲੀਆ ਬਹੁਤ ਹੀ ਵਧੀਆ ਕੰਟਰੀ ਹੈ ਜੇ ਆਪਾਂ ਕੁਆਲਿਟੀ ਆਫ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਬਹੁਤ ਹੀ ਜ਼ਿਆਦਾ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਦੀ ਹੈ। ਇੱਥੇ ਦਾ ਬੱਚਾ ਬਾਹਰ ਇਸ ਲਈ ਜਾਂਦਾ ਕਿ ਉਹਨੂੰ ਕੰਮ ਵਧੀਆ ਮਿਲੇ। ਸੋ ਆਸਟ੍ਰੇਲੀਆ ਦੇ ਵਿੱਚ ਜੇ ਆਪਾਂ ਵਰਕ ਓਪਰਚੁਨਿਟੀ ਦੀ ਗੱਲ ਕਰਦੇ ਹਾਂ, ਉਹ ਵੀ ਬਹੁਤ ਜ਼ਿਆਦਾ ਹੈ। ਅਸੀਂ ਪ੍ਰੋਫਾਈਲ ਦੀ ਗੱਲ ਕਰੀਏ, ਸੋ ਤੁਸੀਂ ਹੈਲਥ ਡਿਪਾਰਟਮੈਂਟ ਦੇ ਵਿੱਚ ਹੋ, IT ਡਿਪਾਰਟਮੈਂਟ ਦੇ ਵਿੱਚ ਹੋ, ਤੁਸੀਂ ਕਲਨਰੀ ਕੋਰਸਿਸ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਹੋ, ਤਾਂ ਵੀ ਰਿਕੁਆਇਰਮੈਂਟਸ ਬਹੁਤ ਜ਼ਿਆਦਾ ਨੇ। ਬਟ ਇੱਥੋਂ ਨਿਕਲਣਾ ਮੁਸ਼ਕਿਲ ਇਸ ਲਈ ਹੈਗਾ ਕਿਉਂਕਿ ਅਸੀਂ ਆਪਣੇ ਜਿਹੜੇ ਜੈਨੂਇਨ ਡਾਕੂਮੈਂਟਸ ਹੈ ਉਹ ਪ੍ਰੂਵ ਨਹੀਂ ਕਰ ਪਾਉਂਦੇ, ਭਾਵੇਂ ਉਹ ਇਨਕਮ ਦੇ ਹੋਣ ਜਾਂ ਫੰਡਸ ਦੇ ਹੋਣ। ਬਟ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ, ਯੂਨੀਵਰਸਿਟੀ ਕਾਲਜ ਵਧੀਆ ਲਓਗੇ, ਬਹੁਤ ਆਰਾਮ ਨਾਲ ਤੁਸੀਂ ਆਸਟ੍ਰੇਲੀਆ ਦਾ ਜਿਹੜਾ ਵੀਜ਼ਾ ਉਹ ਲੈ ਸਕਦੇ ਹੋ। ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਹੋਏ ਨੇ, ਆਪਾਂ ਉਹਨਾਂ ਨਾਲ ਗੱਲ ਕਰ ਰਹੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਸਰ, ਮੈਂ ਨਾ ਗੁੜੀਆ ਦੀ ਪ੍ਰੋਫਾਈਲ ਡਿਸਕਸ ਕਰਨੀ ਸੀ ਜੀ। ਹਾਂਜੀ, ਦੱਸੋ ਜੀ, ਤੁਸੀਂ ਆਪਣਾ ਗੱਲ ਕਰ ਸਕਦੇ ਹੋ, ਪ੍ਰੋਫਾਈਲ ਦੱਸੋ ਕੀ ਹੈ ਉਹਨਾਂ ਦੇ ਔਰ ਕਿੱਥੇ ਜਾਣਾ ਚਾਹੁੰਦੇ ਆ? ਸਰ, ਗੁੜੀਆ ਨੇ ਨਾ PT ਕੀਤੀ ਹੋਈ ਹੈ ਜੀ, ਹੁਣੇ ਹੀ ਰਿਜ਼ਲਟ ਆਇਆ ਗੁੜੀਆ ਦਾ, 57 ਓਵਰਆਲ ਆ ਗਿਆ ਜੀ ਗੁੜੀਆ ਦੇ। ਠੀਕ ਹੈ ਜੀ। ਤੇ ਮੈਮ, ਗੁੜੀਆ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਹੁਣੇ ਹੀ ਗੁੜੀਆ ਦੀ ਸ਼ਾਦੀ ਹੋਈ ਹੈ ਤੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਜੀ, ਮੈਮ ਅਪਲਾਈ ਕਰ ਸਕਦੇ ਆ ਜੀ? ਕਿਹੜੀ ਕੰਟਰੀ ਜਾਣਾ ਚਾਹੁੰਦੇ ਆ? ਮੈਮ, UK। UK ਜਾਣਾ ਚਾਹੁੰਦੇ ਆ? ਬਿਲਕੁਲ ਸਰ, ਮੈਂ ਹੁਣੇ ਅਜੇ ਤੁਸੀਂ ਸ਼ੋਅ ਵੇਖ ਰਹੇ, ਮੈਂ ਹੁਣੇ ਦੱਸ ਕੇ ਹਟੀ ਕਿ ਤੁਸੀਂ ਬਿਲਕੁਲ ਸਪਾਊਸ ਦੇ ਨਾਲ ਆਪਣਾ ਜਿਹੜਾ ਗੁੜੀਆ ਦਾ ਅਪਲਾਈ ਕਰ ਸਕਦੇ ਹੋ। ਜੇ ਆਪਾਂ ਰਿਕੁਆਇਰਮੈਂਟ ਦੀ ਗੱਲ ਕਰਦੇ ਹਾਂ, ਅਗੇਨ ਕਵਾਂਗੀ, ਸਿਰਫ ਤੁਹਾਡਾ PT ਸਕੋਰ ਨਹੀਂ ਮੈਟਰ ਕਰਦਾ, ਉਹਦੇ ਲਈ ਸਾਨੂੰ ਬੱਚੇ ਦੇ ਉਹਨੇ ਆਪਣੀ ਜਿਹੜੀ ਬੈਚਲਰਸ ਹੈ ਉਹ ਕਦੋਂ ਕੀਤੀ ਹੈ, ਕਿਸ ਸਟਰੀਮ ਦੇ ਵਿੱਚ ਕੀਤੀ ਹੈ, ਅਤੇ ਉਹ ਸਾਰੀ, ਅਤੇ ਸਪਾਊਸ ਹੈ ਉਹ ਕਿੰਨੀ ਕੁਆਲੀਫਾਈਡ ਹੈਗਾ, ਉਹ ਸਾਰੀ ਚੀਜ਼ਾਂ ਆਪਾਂ ਚੈੱਕ ਕਰੂੰਗੇ। ਬਟ ਡੈਫੀਨੇਟਲੀ ਜੇ ਤੁਸੀਂ ਵਿਦ ਸਪਾਊਸ UK ਦੀ ਗੱਲ ਕਰਦੇ ਹੋ ਅਤੇ ਆਪਣੇ PT ਸਕੋਰ ਦੇ ਬੱਚੇ ਦੀ ਗੱਲ ਕਰਦੇ ਹੋ, ਬੱਚਾ ਆਰਾਮ ਨਾਲ UK ਵਿਦ ਸਪਾਊਸ ਅਪਲਾਈ ਕਰ ਸਕਦਾ ਹੈ। ਬਿਲਕੁਲ ਸਰ, ਬਿਲਕੁਲ। ਹਾਂਜੀ, ਇਹ ਕੁਐਰੀ ਸਾਡੇ ਕੋਲ ਵੀ ਬਹੁਤ ਆ ਰਹੇ ਨੇ, ਬਟ ਸਾਡੇ ਕੋਲ ਡਾਇਰੈਕਟ ਟਾਈਅਪਸ ਨੇ, ਪਹਿਲੀ ਗੱਲ, ਅਤੇ ਦੂਜੀ ਗੱਲ, ਆਪਾਂ ਸਪੈਸ਼ਲੀ ਇਸ ਚੀਜ਼ 'ਤੇ ਹੀ ਕੰਮ ਕੀਤਾ ਹੈ ਕਿਉਂਕਿ UK ਨੇ ਜਦੋਂ ਤੋਂ ਸਪਾਊਸ ਦਾ ਆਪਣਾ ਜਿਹੜੇ ਰੂਲਸ ਰੈਗੂਲੇਸ਼ਨ ਚੇਂਜ ਕੀਤੇ ਸੀਗੇ, ਉਸ ਟਾਈਮ UK ਦੀ ਮਾਰਕੀਟ ਬਹੁਤ ਡਾਊਨ ਹੋ ਗਈ ਸੀ ਕਿਉਂਕਿ ਜਿਹੜਾ ਮੈਰਿਡ ਬੰਦਾ ਉਹ ਹੀ ਭਾਲਦਾ ਹੈ ਕਿ ਆਪਾਂ ਆਪਣੀ ਫੈਮਿਲੀ ਨਾਲ ਲੈ ਕੇ ਜਾਈਏ। ਸੋ ਅਸੀਂ ਸਪੈਸ਼ਲੀ
ਕੁਛ ਯੂਨੀਵਰਸਿਟੀਜ਼ ਕੁਛ ਟਾਈਅਪਸ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਸਿਰਫ ਵਿਦ ਸਪਾਊਸ ਨਾਲ ਹੀ ਉਹਨਾਂ ਦੇ ਵਿੱਚ ਕੇਸਿਸ ਕਰਨੇ ਹੈ, ਅਤੇ ਜੇ ਤੁਹਾਨੂੰ ਥੋੜ੍ਹੀ ਇਨਸਿਕਿਉਰਿਟੀ ਵੀ ਹੈਗੀ ਕਿ ਕੋਈ ਏਜੰਟ ਨਹੀਂ ਕਰ ਰਿਹਾ, ਸਾਰੇ ਮਨਾ ਕਰ ਰਹੇ, ਤੁਸੀਂ ਕਿਵੇਂ ਕਰੋ? ਕੋਈ ਗੱਲ ਨਹੀਂ ਸਰ, ਤੁਸੀਂ ਆਪਣੇ ਬੱਚੇ ਦਾ ਅਪਲਾਈ ਕਰੋ, ਤੁਸੀਂ ਸਾਨੂੰ ਵੀਜ਼ਾ ਤੋਂ ਪਹਿਲਾਂ 1 ਰੁਪਿਆ ਵੀ ਨਹੀਂ ਦੇਣਾ, ਬੱਚੇ ਦਾ, ਤੁਹਾਡੇ ਸਪਾ ਜਿਹੜੇ ਉਹਨਾਂ ਦੇ ਸਪਾਊਸ ਹੈ ਉਹਨਾਂ ਦਾ ਵੀਜ਼ਾ ਆ ਜੂਗਾ, ਤਾਂ ਹੀ ਤੁਸੀਂ ਸਾਨੂੰ ਪੈਸੇ ਪੇ ਕਰਨੇ ਹੈ, ਸੋ ਦੈਟ ਕਿ ਜਿਹੜਾ ਤੁਹਾਡਾ ਡਰ ਹੈ ਉਹ ਵੀ ਨਿਕਲ ਜੂਗਾ ਅਤੇ ਤੁਹਾਡੇ ਦੋਨਾਂ ਬੱਚਿਆਂ ਦਾ ਜਿਹੜਾ ਵੀਜ਼ਾ ਵੀ ਆ ਜੂਗਾ। ਬਿਲਕੁਲ, ਪਹਿਲੀ ਗੱਲ ਤਾਂ ਇੱਥੇ ਟ੍ਰਾਂਸਪੇਰੈਂਸੀ ਬਹੁਤ ਮੈਟਰ ਕਰਦੀ ਹੈ। ਜੇ ਤੁਸੀਂ ਕਿਸੇ ਤੋਂ ਵੀ ਅਪਲਾਈ ਕੀਤੇ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਹੈ, ਜੇ ਤੁਸੀਂ ਫੰਡ ਅਸਿਸਟੈਂਟ ਉਹਨਾਂ ਤੋਂ ਲਿੱਤੀ ਹੋਈ ਹੈ ਉਹ ਵੀ ਤੁਹਾਨੂੰ ਕਨਫਰਮ ਹੋਣੀ ਚਾਹੀਦੀ ਹੈ। ਬਟ ਜੇ ਫਿਰ ਸਰ ਦੇਖੋ, ਹੋ ਸਕਦਾ ਅਪਲਾਈ ਕਰਿਆ ਵੀ ਹੋ ਸਕਦਾ, ਨਹੀਂ ਵੀ ਹੋ ਸਕਦਾ, ਕਿਉਂਕਿ ਇੱਥੇ ਨਾ ਸਾਨੂੰ ਡਿਫਰੈਂਸ ਨਹੀਂ ਪਤਾ ਕਿ ਕੰਸਲਟੈਂਟ ਏਜੰਟ ਹੁੰਦਾ ਕੀ ਹੈ। ਕੰਸਲਟੈਂਟ ਇੱਕ ਲਾਇਸੈਂਸਡ ਪਰਸਨ ਹੈ ਜਿਹਨਾਂ ਦੇ ਡਾਇਰੈਕਟ ਟਾਈਅਪਸ ਨੇ, ਇੱਕ ਏਜੰਟ ਇੱਦਾਂ ਵੀ ਹੁੰਦੇ ਜਿਹੜੇ ਦੂਜੇ ਕੰਸਲਟੈਂਟ ਨਾਲ ਮਿਲ ਕੇ ਕੰਮ ਕਰਦੇ ਆ ਬਟ ਖੁਦ ਨੂੰ ਕੋਈ ਨੌਲੇਜ ਨਹੀਂ ਹੁੰਦੀ, ਅਤੇ ਨਾਲ ਉਹ ਫਾਈਲਾਂ ਵੀ ਬਾਹਰੋਂ ਲਵਾਉਂਦੇ ਆ, ਅਤੇ ਉਹਨਾਂ ਦਾ ਬੈਨੀਫਿਟ ਨਹੀਂ ਹੁੰਦਾ ਕਿਉਂਕਿ ਉਹ ਟਾਈਮ ਵਧਾਉਂਦੇ ਆ। ਬਿਲਕੁਲ, ਉਮੀਦ ਕਰਦੇ ਹਾਂ ਕਿ ਤੁਹਾਨੂੰ ਜਵਾਬ ਮਿਲ ਚੁੱਕਾ ਹੋਣਾ ਹੈ। ਜੇ ਤਾਂ ਬਹੁਤ ਲੰਬੀ ਕਾਲ ਲੈ ਕੇ ਚਲੇ ਜਾਂਦੇ ਹੋ ਤਾਂ ਬਹੁਤ ਸਾਰੀਆਂ ਕਾਲਸ ਜਿਹੜੀਆਂ ਵੇਟਿੰਗ ਦੇ ਵਿੱਚ ਆਉਂਦੀਆਂ, ਬਹੁਤ ਸਾਰੇ ਸਵਾਲ ਸਾਡੇ ਕੋਲ ਆਲਰੇਡੀ ਸਟੂਡੈਂਟਸ ਦੇ ਆਏ ਹੁੰਦੇ ਆ ਜੋ ਪੁੱਛਣੇ ਹੁੰਦੇ ਆ। ਮੈਮ, ਇੱਕ ਆਪਾਂ ਹੁਣ ਆਸਟ੍ਰੇਲੀਆ ਦੀ ਗੱਲ ਕੀਤੀ ਸੀ, ਨਾਲ ਦੀ ਨਾਲ ਕਨੇਡਾ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਕੀ ਕੀ ਅਪਡੇਟਸ ਹੈਗੀਆਂ ਨੇ ਔਰ ਕਿੰਨੇ ਦਿਨਾਂ 'ਚ ਮੈਮ ਮਿਲ ਰਿਹਾ ਉਹ? ਬਿਲਕੁਲ ਜੀ, ਆਪਾਂ ਅਟੈਸਟੇਸ਼ਨ ਲੈਟਰ ਦੀ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਜਦੋਂ ਤੁਹਾਡਾ LOA ਆ ਜਾਂਦਾ ਹੈ ਤਾਂ ਤੁਸੀਂ ਉਹਨੂੰ ਅਪਲਾਈ ਕਰ ਸਕਦੇ ਹੋ, ਅਤੇ ਨਾਲੇ ਕਿਸੇ ਵੀ ਪ੍ਰੋਵਿੰਸ ਚ ਤੁਸੀਂ ਅਪਲਾਈ ਕਰ ਰਹੇ ਹੋ ਉਹਨਾਂ ਦੀ ਹਰ ਪ੍ਰੋਵਿੰਸ ਦਾ ਵੱਖਰਾ ਜਿਹੜਾ ਅਟੈਸਟੇਸ਼ਨ ਲੈਟਰ ਜਿਹੜਾ ਉਹ ਅਪਲਾਈ ਹੋਊਗਾ, ਅਤੇ ਨਾਲੇ ਜਿਹੜਾ ਆਪਣਾ ਅਟੈਸਟੇਸ਼ਨ ਲੈਟਰ ਹੈ ਉਹ ਤੁਹਾਡੇ ਇੱਕ ਇਨਟੇਕ ਲਈ, ਮੀਨਸ ਦੋ ਇਨਟੇਕ ਲਈ, ਜਿਸ ਇਨਟੇਕ ਲਈ ਤੁਸੀਂ ਅਪਲਾਈ ਕੀਤਾ ਹੈ ਅਤੇ ਨਾਲੇ ਉਸਦੇ ਨੈਕਸਟ ਇਨਟੇਕ ਤੱਕ ਵੈਲਿਡ ਹੋਊਗਾ। ਫੋਰ ਇਗਜ਼ਾਮਪਲ, ਤੁਸੀਂ ਸੈਪਟੈਂਬਰ ਇਨਟੇਕ ਲਿੱਤਾ ਹੈ, ਉਸ ਤੋਂ ਬਾਅਦ ਨੈਕਸਟ ਇਨਟੇਕ ਜਿਹੜਾ ਆਉਂਦਾ ਸਾਡਾ ਜਨਵਰੀ ਹੈ, ਸੋ ਤੁਹਾਡਾ ਅਟੈਸਟੇਸ਼ਨ ਲੈਟਰ 2 ਇਨਟੇਕਸ ਲਈ ਵੈਲਿਡ ਹੈਗਾ। ਇਨ ਕੇਸ ਤੁਸੀਂ ਕਿਸੇ ਵੀ ਕਾਰਨ ਕਰਕੇ ਉਸ ਇਨਟੇਕ ਵਿੱਚ ਨਹੀਂ ਜਾ ਪਾ ਰਹੇ ਹੋ ਜਾਂ ਫਾਈਲ ਨਹੀਂ ਲੱਗ ਪਾ ਰਹੀ ਹੈ, ਤਾਂ ਤੁਹਾਨੂੰ ਦੁਬਾਰਾ ਤੋਂ ਅਟੈਸਟੇਸ਼ਨ ਲੈਟਰ ਅਪਲਾਈ ਕਰਨਾ ਪੈਣਾ। ਇੱਕ ਹੋਰ ਚੀਜ਼, ਆਪਾਂ ਗੱਲ ਕਰਦੇ ਕਿੰਨਾ ਟਾਈਮ ਲੱਗ ਰਿਹਾ, ਤੁਸੀਂ ਜੇ ਅੱਜ ਅਪਲਾਈ ਕਰ ਰਹੇ ਹੋ ਵਿਦਇਨ ਅ ਵੀਕ ਤੁਹਾਨੂੰ ਅਟੈਸਟੇਸ਼ਨ ਲੈਟਰਸ ਮਿਲ ਰਹੇ ਹੈ, ਡਿਪੈਂਡ ਕਰਦਾ ਤੁਸੀਂ ਆਪਣੀ ਜਿਹੜੀ ਰਿਕੁਆਇਰਮੈਂਟਸ ਉਹ ਟਾਈਮਲੀ ਕੰਪਲੀਟ ਕੀਤੀਆਂ ਜਾਂ ਨਹੀਂ ਕੀਤੀਆਂ। ਤੁਸੀਂ ਆਸਟ੍ਰੇਲੀਆ ਜਾਣਾ ਹੈ ਜਾਂ ਤੁਸੀਂ UK ਲਈ ਤਾਂ ਬਹੁਤ ਲੰਬੀਆਂ ਗੱਲਾਂ ਹੋ ਗਈਆਂ, UK ਜਾਣਾ ਤਾਂ ਸਕਰੀਨ 'ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣੇ ਆ, ਪੁੱਛ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਾਇਆ ਜਾ ਸਕਦਾ। ਮੈਮ, UK ਦੇ ਲਈ ਜੇ ਆਪਾਂ ਫੰਡਸ ਦੀ ਗੱਲ ਕਰਦੇ ਹਾਂ, ਕਿੰਨੇ ਕੁ ਫੰਡਸ ਰਿਕੁਆਇਰਮੈਂਟ ਹੈਗੀ ਔਰ ਕਿੰਨੇ ਪੁਰਾਣੇ ਸਟੂਡੈਂਟ ਕੋਲ ਹੋਣੇ ਚਾਹੀਦੇ ਹੈ? ਸਰ, ਜੇ ਆਪਾਂ ਫੰਡ ਦੇ ਰਿਕੁਆਇਰਮੈਂਟ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਉਹ ਹਰ ਸਟੂਡੈਂਟ ਲਈ ਵੇਰੀ ਕਰਦਾ ਹੈ, ਕਿਉਂਕਿ ਹਰ ਬੱਚੇ ਦੀ ਜਿਹੜੀ ਟਿਊਸ਼ਨ ਫੀਸ ਹੈ ਉਹ ਡਿਫਰੈਂਟ ਹੁੰਦੀ ਹੈ, ਅਤੇ ਨਾਲੇ ਇਹ ਵੀ ਮੈਟਰ ਕਰਦਾ ਕਿ ਬੱਚਾ ਲੰਡਨ ਦੇ ਵਿੱਚ ਜਾ ਰਿਹਾ ਆਊਟਰ ਲੰਡਨ ਦੇ ਵਿੱਚ ਜਾ ਰਿਹਾ। ਬਟ ਮੈਂ ਇੱਥੇ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹੂੰਗੀ। ਫੋਰ ਐਗਜ਼ਾਮਪਲ, ਕਿਸੇ ਬੱਚੇ ਦੀ ਯੂਨੀਵਰਸਿਟੀ ਦੀ ਫੀਸ ਜਿਹੜੀ ਹੈਗੀ ਹੈ ਉਹ 16,000 pounds ਹੈਗੀ ਹੈ ਸਾਲ ਦੀ, ਅਤੇ ਉਹ ਇਨਰ ਲੰਡਨ ਦੇ ਵਿੱਚ ਜਾ ਰਿਹਾ, ਅਤੇ ਉਹਨੂੰ 13,600 pounds ਜਿਹੜੇ ਆ ਉਹ ਲਿਵਿੰਗ ਐਕਸਪੈਂਸ ਚਾਹੀਦੇ ਆ, ਅਤੇ ਜੇ ਆਪਾਂ ਇਹਨੂੰ ਕੈਲਕੂਲੇਟ ਕਰਦੇ ਹਾਂ ਇਨ ਟੋਟਲ ਤੁਹਾਡੇ 29,000+ ਪਲੱਸ ਜਿਹੜੇ ਆ ਪਾਊਂਡ ਸਾਨੂੰ ਰਿਕੁਆਇਰਡ ਚਾਹੀਦੇ ਆ, ਅਤੇ ਇੰਨੀ ਫੰਡਿੰਗ ਬੱਚੇ ਕੋਲ ਅਵੇਲੇਬਲ ਹੋਣੀ ਚਾਹੀਦੀ ਹੈ। ਇਹਦੇ ਵਿੱਚ ਵੀ ਬਹੁਤ ਸਾਰੇ ਕਨਸੈਪਟਸ ਨੇ ਕਿ ਜਿਹੜੀ ਫੰਡਿੰਗ ਉਹ ਕਿਸ ਫੋਰਮ 'ਚ ਚਾਹੀਦੀ ਹੈ। ਕੁਛ ਲੋਕ ਜਿਹੜੇ ਸਟਾਕ ਮਾਰਕੀਟ ਦੇ ਫੰਡਿੰਗ ਵੀ ਸ਼ੋਅ ਕਰਦੇ ਨੇ ਉਹ ਅਸੈਪਟੇਬਲ ਨਹੀਂ ਹੁੰਦੀ, ਸੋ ਇੱਥੇ ਤੁਸੀਂ ਸੇਵਿੰਗ 'ਚ ਕਰ ਰਹੇ ਹੋ, FD ਦੇ ਵਿੱਚ ਕਰ ਰਹੇ ਹੋ, ਐਜੂਕੇਸ਼ਨ ਲੋਨ ਲੈ ਰਹੇ ਹੋ, ਇਹ ਚੀਜ਼ਾਂ ਵੀ ਮੈਟਰ ਕਰਦੀਆਂ, ਇਹ ਸਾਰੀ ਤਰ੍ਹਾਂ ਦੀ ਫੰਡਿੰਗ ਚੱਲ ਜਾਂਦੀ ਹੈ। ਬਟ ਜਿਹੜੇ ਪਰਸਨ ਮੈਰਿਡ ਹੁੰਦੇ ਉਹ ਕੀ ਕਰਦੇ ਆ, ਆਪਣੇ ਫਾਦਰ ਇਨ ਲੋ, ਮਦਰ ਇਨ ਲੋ ਦੀ ਫੰਡਿੰਗ ਸ਼ੋਅ ਕਰਦੇ ਨੇ, ਉਹ ਅਸੈਪਟੇਬਲ ਨਹੀਂ ਹੈਗੀ ਹੈ। ਇਨਫੈਕਟ ਜੇ ਤੁਸੀਂ ਖੁਦ ਅਪਲਾਈ ਕਰਕੇ ਆਪਣੇ ਪੇਰੈਂਟਸ ਦੀ ਫੰਡਿੰਗ ਵੀ ਸ਼ੋਅ ਕਰ ਰਹੇ ਹੋ ਉਹਦੇ ਲਈ ਵੀ ਕੰਸੈਂਟ ਚਾਹੀਦਾ ਹੁੰਦਾ ਹੈ। ਸੋ UK 'ਚ ਜਿਹੜਾ ਮੇਨ ਫੰਡਾ ਹੈਗਾ ਵੀਜ਼ਾ ਲੈਣ ਦਾ ਉਹ ਫੰਡਿੰਗ 'ਤੇ ਹੀ ਡਿਪੈਂਡ ਕਰਦਾ ਹੈ। ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ,
ਉਹ ਸੋਚਦੇ ਆ ਕਿ ਸਾਡੇ ਪੇਰੈਂਟਸ ਹੋਰ ਸਾਨੂੰ ਕੌਣ ਸਪੋਰਟ ਕਰੂਗਾ, ਪੇਰੈਂਟਸ ਦੇ ਨਾਮ ਦੀ ਫੰਡਿੰਗ ਦਿਖਾ ਦਿੰਦੇ ਹਾਂ ਅਤੇ ਬੱਚਿਆਂ ਦੇ ਰਿਜੈਕਸ਼ਨ ਉਹਦੇ 'ਤੇ ਵੀ ਆ ਜਾਂਦੇ ਆ। ਸੋ ਜੇ ਪੇਰੈਂਟ ਦੇ ਨਾਮ ਦੀ ਫੰਡਿੰਗ ਦਿਖਾਉਣੀ ਹੈ ਉਹਦਾ ਵੀ ਇੱਕ ਤਰੀਕਾ ਹੈ, ਬਹੁਤ ਸਾਰੇ ਜਿਹੜੇ ਰਿਕੁਆਇਰਡ ਡਾਕੂਮੈਂਟਸ ਹੈ ਸਾਨੂੰ ਲਾਉਣੇ ਪੈਂਦੇ ਆ, ਤਾਂ ਹੀ ਤੁਹਾਡੀ ਜਿਹੜੇ ਪੇਰੈਂਟ ਦੀ ਫੰਡਿੰਗ ਉਹ ਅਸੈਪਟ ਹੁੰਦੀ ਆ। ਅਦਰਵਾਈਜ਼ ਜਿਹੜਾ ਯੂਕੇ ਅਸੈਪਟ ਕਰਦਾ ਉਹ ਬੱਚੇ ਦੀ ਫੰਡਿੰਗ ਨੂੰ ਅਸੈਪਟ ਕਰਦਾ। ਸੋ ਇਹ ਚੀਜ਼ਾਂ ਦਾ ਧਿਆਨ ਰੱਖੋਗੇ ਬਹੁਤ ਆਰਾਮ ਨਾਲ ਯੂਕੇ ਦਾ ਜਿਹੜਾ ਵੀਜ਼ਾ ਉਹ ਨਿਕਲ ਜਾਂਦਾ ਹੈ।